ਹੁਸ਼ਿਆਰਪੁਰ ਦੀ ਮਾਡਲ ਟਾਊਨ ਪੁਲਿਸ ਨੇ ਚਾਈਨਾ ਡੋਰ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਅਤੇ ਪੁਲਿਸ ਨੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ SHO ਸੁਖਜੀਤ ਸਿੰਘ ਨੇ ਦੱਸਿਆ ਕਿ SI ਰਜਿੰਦਰ ਸਿੰਘ ਨੇ ਮਹਾਰਾਣਾ ਪ੍ਰਤਾਪ ਚੌਂਕ, ਜਿਸ ਨੂੰ ਕਿ ਪ੍ਰਭਾਤ ਚੌਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਨੌਜਵਾਨ ਆਕਾਸ਼ ਮਿੱਤਲ ਵਾਸੀ ਮੁਹੱਲਾ ਕਮਾਲਪੁਰ ਨੂੰ 14 ਗੱਟੂਆਂ ਸਮੇਤ ਕਾਬੂ ਕਰ ਲਿਆ, ਜੋ ਕਿ ਗੱਟੂ ਡੋਰ ਦੀ ਸਪਲਾਈ ਦੇਣ ਲਈ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। SHO ਸੁਖਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਸੰਤ ਪੰਚਮੀ ਦੇ ਤਿਉਹਾਰ 'ਤੇ ਉਹ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਵੀ ਨਾ ਕਰਨ ਅਤੇ ਜੇਕਰ ਕੋਈ ਵਿਅਕਤੀ ਇਹ ਡੋਰ ਵੇਚਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ। ਹੁਸ਼ਿਆਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗੱਟੂ ਯਾਨੀ ਕਿ ਚਾਈਨਾ ਡੋਰ ਸਮੇਤ ਕਾਬੂ ਕੀਤਾ ਗਿਆ। ਕੀ ਉੱਥੇ ਕਾਰਵਾਈ ਕੀਤੀ ਗਈ ਹੈ ਅਤੇ ਕਿੰਨੇ ਗੱਟੂ ਉੱਥੋਂ ਬਰਾਮਦ ਹੋਏ? ਅੱਜ ਜਿਹੜਾ ਬਸੰਤ ਪੰਚਮੀ ਦੇ ਤਿਉਹਾਰ ਦੇ ਸੰਬੰਧ ਵਿੱਚ ਜ਼ਿਲ੍ਹਾ ਮੈਜਿਸਟਰੇਟ ਸਾਹਿਬ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਸੀ ਕਿ ਜਿਹੜੀ ਚਾਈਨਾ ਡੋਰ ਆ ਉਹਦੇ 'ਤੇ ਪੂਰਨ ਤੌਰ 'ਤੇ ਪਾਬੰਦੀ ਆ, ਉਹਨੂੰ ਵੇਚਣ ਦੀ ਮਨਾਹੀ ਆ। ਇਹਦੇ ਸੰਬੰਧ ਦੇ ਵਿੱਚ ਸਾਡੇ ਥਾਣਾ ਮਾਡਲ ਟਾਊਨ ਦੇ SA ਰਜਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਨਾਲ ਪ੍ਰਭਾਤ ਚੌਂਕ ਦੇ ਵਿੱਚ ਉੱਥੇ ਦੌਰਾਨੇ ਗਸ਼ਤ ਅਤੇ ਨਾਕਾਬੰਦੀ, ਇੱਕ ਲੜਕਾ ਆਕਾਸ਼ ਮਿੱਤਲ ਸਨ ਆਫ ਪਵਨ ਮਿੱਤਲ ਵਾਸੀ ਹੈਗਾ ਮੁਹੱਲਾ ਕਮਾਲਪੁਰ, ਜੋ ਕਿ ਕਮਾਲਪੁਰ ਦੇ ਵਿੱਚ ਉੱਥੇ ਆਕਾਸ਼ ਕਾਈਟ ਜਿਹੜੀ ਆ ਆਕਾਸ਼ ਕਾਈਟ ਸ਼ੋਪ ਦੀ ਉਹ ਦੁਕਾਨ ਕਰਦਾ, ਉਹ ਉੱਥੋਂ ਲੈ ਕੇ ਜਾ ਰਿਹਾ ਸੀ ਜਦੋਂ ਮੁਖਬਰੀ ਹੋਈ ਜੋ ਸਪਲਾਈ ਕਰਨ ਜਾ ਰਿਹਾ ਸੀ ਅਤੇ ਜਿਹਨੂੰ ਉੱਥੇ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ ਅਤੇ ਉਸ ਕੋਲੋਂ 14 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ। ਉਹਦੇ ਖਿਲਾਫ ਜਿਹੜਾ ਆ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ 188 IPC ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾ ਰਿਹਾ। ਸਰ, ਕਿਸ ਤਰ੍ਹਾਂ ਵੇਖਦੇ ਹੋ, ਕੁਝ ਲੋਕ ਹੈ ਸਿਰਫ ਚੰਦ ਮੁਨਾਫੇ ਖਾਤਰ ਆ ਜਿਹੜੇ ਆਮ ਜ਼ਿੰਦਗੀਆਂ ਦੇ ਨਾਲ ਪਸ਼ੂ ਪੰਛੀਆਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰਦੇ ਨੇ, ਸਿਰਫ ਇੱਕ ਦਿਨ ਦਾ ਤਿਉਹਾਰ ਆ ਜੀ, ਇਹ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਇਹਦੇ ਵਿੱਚ ਮੇਰੀ ਸਾਰੇ ਜਿਹੜੇ ਵੀ ਜੋ ਵੀ ਦੁਕਾਨਦਾਰ ਆ ਜਾਂ ਉਹ ਵੇਚਦੇ ਆ ਜਾਂ ਇਹਨੂੰ ਜਿਹੜੇ ਵਰਤਦੇ ਆ, ਚਲੋ ਜੇ ਬੱਚੇ ਅੰਡਰ ਏਜ ਵਰਤਦੇ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ, ਬੱਚਿਆਂ ਨੂੰ ਤਾਂ ਇਹੀ ਹੁੰਦਾ ਵੀ ਸਾਨੂੰ ਡੋਰ ਪੱਕੀ ਚਾਹੀਦੀ ਆ ਅਤੇ ਸਾਡਾ ਪਤੰਗ ਨਾ ਕੱਟਿਆ ਜਾਵੇ, ਲੇਕਿਨ ਆਮ ਜਿਹੜੇ ਲੋਕ ਉਹਨਾਂ ਦੇ ਪਿੱਛੇ ਬੱਚਿਆਂ ਦੇ ਪੇਰੈਂਟਸ ਵੀ ਨੇ ਔਰ ਜਿਹੜੇ ਦੁਕਾਨਦਾਰ ਵੀ ਆ ਆਪਣੇ ਕੁਝ ਥੋੜ੍ਹੇ ਜਿਹੇ ਮੁਨਾਫੇ ਦੀ ਖਾਤਰ ਅਤੇ ਲੋਕਾਂ ਦੀ ਜ਼ਿੰਦਗੀਆਂ ਦਾ ਖਿਲਵਾੜ ਕਰਦੇ ਆ। ਬਹੁਤ ਸਾਰੇ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਹੋਈਆਂ, ਕਈ ਥਾਈਂ ਤਾਂ ਲੋਕਾਂ ਦੀ ਜਾਨ ਵੀ ਗਈ ਆ ਚਾਈਨਾ ਡੋਰ ਦੇ ਵਿੱਚ, ਜਿੱਦਾਂ ਉਹ ਜਾਂਦੇ ਜਾਂਦੇ ਫਸਣ ਕਾਰਨ ਕੋਈ ਗਲੇ ਦੇ ਵਿੱਚ ਕੋਈ ਕਿਸੇ। ਅਤੇ ਮੇਰੀ ਸਾਰੀ ਨੂੰ ਇਹ ਅਪੀਲ ਆ ਕਿ ਬਸੰਤ ਪੰਚਮੀ ਦਾ ਤਿਉਹਾਰ ਆ, ਇਹਦੇ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦਿਓ ਅਤੇ ਕਿਤੇ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਜਾਂ ਕੋਈ ਤੁਹਾਡਾ ਬੱਚਾ ਗਲਤੀ ਨਾਲ ਲੈ ਵੀ ਆਉਂਦਾ ਅਤੇ ਉਹਨੂੰ ਪੁੱਛ ਕੇ ਪਿਆਰ ਦੇ ਨਾਲ ਜਿਹੜੇ ਦੁਕਾਨਦਾਰ ਤੋਂ ਲਈ ਆ ਸਾਨੂੰ ਉਹਦੇ ਬਾਰੇ ਸੂਚਨਾ ਦੇ ਦਿਓ, ਤਾਂ ਉੱਥੇ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਬੱਚਿਆਂ ਨੂੰ ਇੰਨੀ ਸਮਝ ਨਹੀਂ ਹੁੰਦੀ ਅਤੇ ਅਸੀਂ ਉੱਤੇ ਜਿਹੜੀ ਆ ਕਾਨੂੰਨ ਦੇ ਮੁਤਾਬਕ ਬਣਦੀ ਜਿਹੜੀ ਆ ਕਾਰਵਾਈ ਕਰਾਂਗੇ।